ਕੀ ਹੈ ਜੀ? ਪਤਾ ਨਹੀਂ ਬਾਡਾ, ਪਤਾ ਨਹੀਂ ਬਾਡਾ, ਪਤਾ ਨਹੀਂ। ਕਿੱਥੋਂ ਤੋਂ ਰਹਿਣ ਵਾਲੇ ਹੋ ਤੁਸੀਂ? ਇਹ ਪਤਾ ਨਹੀਂ ਲੱਭਾ ਬਾਡਾ। ਇਹ ਮਾਤਾ ਜੀ ਨੇ ਬਜ਼ੁਰਗ ਜੋ ਕਿ ਸਾਡੇ ਕੋਲ 5 ਵਜੇ ਦੇ ਕਰੀਬ ਮਹੱਲੇ ਵਿੱਚ ਮਿਲੇ ਸਾਨੂੰ, ਅਤੇ ਪਾਣੀ ਮੰਗ ਰਹੇ, ਅਸੀਂ ਪਾਣੀ ਪਿਆਇਆ ਇਹਨਾਂ ਨੂੰ, ਅਤੇ ਇਹਨਾਂ ਨੂੰ ਇਹਨਾਂ ਦੀ ਦਿਮਾਗੀ ਹਾਲਾਤ ਜਿਹੜੀ ਉਹ ਨਹੀਂ ਸਹੀ ਲੱਗਦੀ। ਹੈਗਾ ਕਿ ਵਿਧ ਆਸ਼ਰਮ ਵੀ ਲੈ ਕੇ ਗਏ ਸੀ, ਉੱਥੇ ਉਹਨਾਂ ਨੇ ਕਿਹਾ ਜੀ ਕਿ ਆਪਣਾ ਪਰਮਿਸ਼ਨ ਲੈ ਕੇ ਆਓ। ਤੁਹਾਡਾ ਨਾਮ ਕੀ ਹੈ ਜੀ? ਪਤਾ ਨਹੀਂ ਬਾਡਾ, ਪਤਾ ਨਹੀਂ ਬਾਡਾ, ਪਤਾ ਨਹੀਂ। ਕਿੱਥੋਂ ਤੋਂ ਰਹਿਣ ਵਾਲੇ ਹੋ ਤੁਸੀਂ? ਇਹ ਪਤਾ ਨਹੀਂ ਲੱਭਾ, ਪਤਾ ਨਹੀਂ ਬਾਡਾ, ਪਤਾ ਨਹੀਂ ਲੱਭਾ, ਪਤਾ ਲੱਭ ਲੈ। ਮੇਰਾ ਨਵਜੋਤ ਕੁਮਾਰ ਜੀ। ਕਿੱਥੋਂ ਤੋਂ ਰਹਿਣ ਵਾਲੇ ਹੋ? ਮੈਂ ਮੁਹੱਲਾ ਹਰਨਾਮ ਨਗਰ ਬਟਾਲਾ ਤੋਂ ਜੀ। ਕੀ ਮੈਟਰ ਹੈ ਜੀ? ਮੈਟਰ ਸਰ ਇਹ ਹੈ ਕਿ ਇਹ ਮਾਤਾ ਜੀ ਨੇ ਬਜ਼ੁਰਗ ਜੋ ਕਿ ਸਾਡੇ ਕੋਲ 5 ਵਜੇ ਦੇ ਕਰੀਬ ਮਹੱਲੇ ਵਿੱਚ ਮਿਲੇ ਸਾਨੂੰ, ਅਤੇ ਪਾਣੀ ਮੰਗ ਰਹੇ, ਅਸੀਂ ਪਾਣੀ ਪਿਆਇਆ ਇਹਨਾਂ ਨੂੰ, ਅਤੇ ਇਹਨਾਂ ਨੂੰ ਇਹਨਾਂ ਦੀ ਦਿਮਾਗੀ ਹਾਲਾਤ ਜਿਹੜੀ ਉਹ ਨਹੀਂ ਸਹੀ ਲੱਗਦੀ। ਅਤੇ ਅਸੀਂ ਇਹਨਾਂ ਮਤਲਬ ਕਿ ਪੁਲਿਸ ਨੂੰ, ਪੁਲਿਸ ਪ੍ਰਸ਼ਾਸਨ ਨਾਲ ਕੰਟੈਕਟ ਕੀਤਾ। 5 ਵਜੇ ਤੋਂ ਸਾਡੇ ਲਗਾਤਾਰ ਗੱਲ ਹੋ ਰਹੀ ਇਹਨਾਂ ਨਾਲ, ਪਹਿਲਾਂ ਮੁਨਸ਼ੀ ਸਾਹਿਬ ਨਾਲ ਹੀ ਹੋਈ ਆ, PCR ਵਾਲੇ ਵੀ ਭੇਜੇ ਇਹਨਾਂ ਨੇ, ਫਿਰ ਸਾਰੇ ਮਤਲਬ ਕਿ ਅਧਿਕਾਰੀਆਂ ਨਾਲ ਗੱਲ ਹੋਈ ਆ। ਇਹ ਸਾਨੂੰ ਕਹਿੰਦੇ ਕਿ ਤੁਸੀਂ ਨਾ ਬਿਰਧ ਆਸ਼ਰਮ ਲੈ ਜਾਓ, ਅਤੇ ਅਸੀਂ PCR ਵਾਲਿਆਂ ਨਾਲ ਸਾਡੀ ਗੱਲ ਹੋਈ ਆ, ਉਹ ਕਹਿੰਦੇ ਤੁਸੀਂ ਬਿਰਧ ਆਸ਼ਰਮ ਲੈ ਜਾਓ, ਅਤੇ ਅਸੀਂ ਉੱਥੇ ਨਾਲ ਹੀ ਸਿਵਲ ਲਾਈਨ ਤੋਂ ਲਿਖਾ ਕੇ, ਸਾਰੇ ਸਿਵਲ ਲਾਈਨ ਹੈ, ਸਿਟੀ ਤੋਂ ਲਿਖਾ ਕੇ, ਅਤੇ ਅਸੀਂ ਲੈ ਆਉਂਦੇ ਪੇਪਰ, ਅਤੇ ਫਿਰ ਅਸੀਂ ਉੱਥੇ ਕਰਵਾ ਦਿੰਦੇ ਹਾਂ ਮਾਤਾ ਨਾਲ ਨੂੰ। ਅਸੀਂ ਉੱਥੇ ਵੇਟ ਕਰਦੇ ਰਹੇ ਹਾਂ ਜੀ ਅੱਧਾ ਪੌਣਾ ਘੰਟਾ, ਅਤੇ ਉਹਨਾਂ ਦਾ ਅੱਗੋਂ ਫਿਰ ਫੋਨ ਕੀਤਾ ਅਸੀਂ PCR ਵਾਲਿਆਂ ਨੂੰ, ਉਹ ਸਾਨੂੰ ਕਹਿੰਦੇ ਕਿ ਇੱਥੇ DC ਸਾਹਿਬ ਆ ਗਏ ਨੇ ਕਰੋਨਾ ਕਰਕੇ, ਅਤੇ ਅਸੀਂ ਉੱਧਰ ਡਿਊਟੀ ਲੱਗ ਗਈ ਭਾਅ ਜੀ, ਤੁਸੀਂ ਆਪ ਹੀ ਵੇਖੋ ਹੁਣ। ਅਤੇ ਵੇਖੋ ਜੀ, ਸਾਨੂੰ 2 ਤੋਂ 3 ਘੰਟੇ ਹੋ ਗਏ ਆ, ਅਸੀਂ ਖਪਦੇ ਪਏ ਹਾਂ, 5-6 ਮੁੰਡੇ ਅਸੀਂ ਲੱਗੇ ਹਾਂ, ਅਸੀਂ ਤਾਂ ਵੇਖੋ ਭਲਾਈ ਕਰਦੇ ਪਏ ਹਾਂ, ਇੱਕ ਹੀ ਮਾਤਾ ਨੂੰ ਉਹਦੇ ਘਰ ਤੱਕ ਪਹੁੰਚਾਇਆ ਕਿਸੇ ਤਰੀਕੇ, ਚਾਹੇ ਮੀਡੀਆ ਰਾਹੀਂ, ਚਾਹੇ ਪੁਲਿਸ ਪ੍ਰਸ਼ਾਸਨ। ਅਤੇ ਹੁਣ 8:30 ਦਾ ਟਾਈਮ ਹੋ ਚੁੱਕਾ, ਅਤੇ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ ਸਾਡੀ। ਮੈਨੂੰ ਜੀ ਹੁਣੇ ਪਤਾ ਲੱਗਾ ਜੀ, ਇਸ ਤਰ੍ਹਾਂ ਲੇਡੀਜ਼ ਹਰਨਾਮਨਗਰ ਪਹੁੰਚੀ ਹੈ, ਕੋਈ ਪਤਾ ਨਹੀਂ ਉਹਨਾਂ ਨੂੰ, ਆਪਣਾ ਸੁਧ ਬੁੱਧ ਨਹੀਂ ਆ ਰਹੀ ਕੋਈ ਵੀ ਉਹਨਾਂ ਕੋਲ। ਮੈਂ ਆਪਣੀ ਖੁਦ ਤਬਦੀਸ਼ ਕੀਤੀ ਆ, ਨਾਂ ਪੁੱਛਿਆ, ਲੇਕਿਨ ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ। ਮੈਨੂੰ ਪਤਾ ਲੱਗਾ ਕਿ ਵਿਧ ਆਸ਼ਰਮ ਵੀ ਲੈ ਕੇ ਗਏ ਸੀ, ਉੱਥੇ ਉਹਨਾਂ ਨੇ ਕਿਹਾ ਜੀ ਕਿ ਆਪਣਾ ਪਰਮਿਸ਼ਨ ਲੈ ਕੇ ਆਓ। ਮੈਨੂੰ ਹੁਣ ਲਿਸਨ ਦੀ ਹੁਣੇ ਪਤਾ ਲੱਗਾ, ਅਤੇ ਮੈਂ SDM ਸਾਹਿਬ ਕੋਲ ਟਾਈਮ ਲੈ ਕੇ ਹੁਣੇ ਗੱਲ ਕਰਕੇ ਉਹਨਾਂ ਕੋਲ ਪਰਮਿਸ਼ਨ ਲੈ ਕੇ, ਹੋ ਸਕੇਗਾ ਸਿਵਲ ਹਸਪਤਾਲ ਅਤੇ ਜਾਂ ਵਿਧ ਆਸ਼ਰਮ ਇਹਨਾਂ ਨੂੰ ਛੱਡ ਕੇ ਆਵਾਂਗੇ, ਅਤੇ ਇਹਨਾਂ ਦੇ ਪਰਿਵਾਰ ਤੱਕ ਅਸੀਂ ਪਹੁੰਚ ਕਰਾਂਗੇ ਜਿੱਥੋਂ ਤੱਕ ਗੱਡੀ ਪਹੁੰਚ ਹੋਏਗੀ। ਤੁਹਾਡਾ ਨਾਮ ਕੀ ਹੈ ਜੀ? ਪਤਾ ਨਹੀਂ ਬਾਡਾ, ਪਤਾ ਨਹੀਂ ਬਾਡਾ, ਪਤਾ ਨਹੀਂ। ਕਿੱਥੋਂ ਤੋਂ ਰਹਿਣ ਵਾਲੇ ਹੋ ਤੁਸੀਂ? ਇਹ ਪਤਾ ਨਹੀਂ ਲੱਭਾ, ਪਤਾ ਨਹੀਂ ਬਾਡਾ, ਪਤਾ ਨਹੀਂ ਲੱਭਾ, ਪਤਾ ਲੱਭ ਲੈ। ਇਹ ਨੇ ਮਾਤਾ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਦਿਮਾਗੀ ਹਾਲਤ ਜੋ ਕਿ ਠੀਕ ਨਹੀਂ ਲੱਗ ਰਹੀ, ਉਹਨਾਂ ਨੂੰ ਆਪਣਾ ਨਾਮ ਵੀ ਨਹੀਂ ਪਤਾ, ਨਾ ਹੀ ਉਹਨਾਂ ਨੂੰ ਇਹ ਪਤਾ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਨੇ। ਜਿਸ ਤਰ੍ਹਾਂ ਕਿ ਤੁਸੀਂ ਥੋੜ੍ਹੀ ਦੇਰ ਪਹਿਲੇ ਦੇਖਿਆ ਕਿ ਸ਼ਾਮ ਦੇ ਤਕਰੀਬਨ 5 ਵਜੇ ਤੋਂ ਨਵਜੋਤ ਹੋਰਾਂ ਨੂੰ ਮਿਲ ਕੇ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ, ਥਾਣਾ ਸਿਵਲ ਲਾਈਨ ਦੇ ਵਿੱਚ ਵੀ ਉਹਨਾਂ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਮੁਨਸ਼ੀ ਸਾਹਿਬ ਹੋਰਾਂ ਨਾਲ, ਉਹਨਾਂ ਦੇ ਵੀ ਇਹ ਗੱਲ ਕੰਨ ਪਾਈ, ਲੇਕਿਨ ਥਾਣੇ ਵੱਲੋਂ ਵੀ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲ ਪਾ ਰਹੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਬਜ਼ੁਰਗ ਮਾਤਾ ਜੋ ਕਿ ਦਿਮਾਗੀ ਹਾਲਤ ਤੋਂ ਠੀਕ ਨਹੀਂ ਹਨ, ਕਿਸੇ ਇੱਕ ਮੁਹੱਲੇ ਦੇ ਵਿੱਚ ਪੂਰਾ ਮੁਹੱਲਾ ਉਹਨਾਂ ਦੀ ਹੈਲਪ ਕਰਨ ਨੂੰ ਤਿਆਰ ਹੈ, ਲੇਕਿਨ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਹੈਲਪ ਕਰਨ ਨੂੰ ਤਿਆਰ ਨਹੀਂ ਹੈ। ਪੁਲਿਸ ਪ੍ਰਸ਼ਾਸਨ ਇਹ ਕਹਿ ਕੇ ਆਪਣਾ ਪੱਲਾ ਝਾੜ ਰਹੀ ਹੈ ਕਿ ਇਹ ਸਾਡਾ ਕੰਮ ਨਹੀਂ ਹੈ, ਇਹ DC ਸਾਹਿਬ ਹੋਰਾਂ ਦਾ ਕੰਮ ਹੈ, ਇਹ SDM ਸਾਹਿਬ ਹੋਰਾਂ ਦਾ ਕੰਮ ਹੈ। ਤੁਸੀਂ ਦੇਖ ਸਕਦੇ ਹੋ ਰਾਤ ਦੇ ਤਕਰੀਬਨ 9 ਵੱਜ ਚੁੱਕੇ ਹਨ, ਸ਼ਾਮ 5 ਵਜੇ 'ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਵਾਰ-ਵਾਰ ਗੱਲਬਾਤ ਕਰ ਰਹੇ ਨੇ, ਹਾਲਾਂਕਿ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਉਸ ਮੁਹੱਲੇ ਦੇ ਲੜਕਿਆਂ ਦੇ ਨਾਲ, ਉਸ ਮੁਹੱਲੇ ਦੀ ਲੇਡੀਜ਼ ਦੀ ਹੈਲਪ ਕਰਕੇ ਉਹਨਾਂ ਨੂੰ ਰਾਹ ਦੱਸਿਆ ਜਾਵੇ, ਜਾਂ ਆਪਣਾ ਇੱਕ ਅਧਿਕਾਰੀ ਲਗਾ ਕੇ ਉਹਨਾਂ ਨੂੰ SDM ਸਾਹਿਬ ਹੋਰਾਂ ਨਾਲ ਕੰਟੈਕਟ ਕੀਤਾ ਜਾਵੇ। ਲੇਕਿਨ ਸ਼ਾਮ ਦੇ ਤਕਰੀਬਨ ਰਾਤ ਦੇ 9 ਵੱਜ ਚੁੱਕੇ ਹਨ ਸੋਰੀ, ਹਜੇ ਤੱਕ ਕੋਈ ਵੀ ਹੈਲਪ ਨਹੀਂ ਮਿਲੀ। ਹੁਣ ਤੁਸੀਂ ਦੇਖਿਆ ਥੋੜ੍ਹੀ ਦੇਰ ਪਹਿਲੇ 10-15 ਮਿੰਟ ਪਹਿਲੇ ਧੀਰਜ ਵਰਮਾ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਨ, ਉਹਨਾਂ ਨਾਲ ਗੱਲ ਹੋਈ ਹੈ, ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ SDM ਸਾਹਿਬ ਹੋਰਾਂ ਨਾਲ ਗੱਲ ਕਰਕੇ ਅਤੇ ਇਸ ਮਾਤਾ ਨੂੰ ਆਪਣੇ ਘਰ ਤੱਕ ਜ਼ਰੂਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਮਾਰੀ ਜਾਂਦੀ ਬਸ ਦਾਸੀ ਨਾ 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 ਨ
देखो जी फेसबुक से लाइव कर रहे हैं प्रशासन की जिम्मेवारी है जी तो सरकारी गड्डी है जी कोई प्राइवेट जाने की जी सरकारी है ऐसे सामने कस्टम कर से फोन की पर नहीं था मोटर का भी शहर के रंभा जी गुरी अंध छापे औरत ने और तकरीबन उम्र 60 साल के तकरीबन लैके आए हैं इन्हों एस एस पी दफ्तर के नेड़े लैके आए गए ये अंध छापे ने जो कि अपना कोई किसी तरह का अपना नाम या भी अपना पता नहीं दस पा रहे तो इन्ह की जो देख के देखने का पता चल रहा कि ना भी वो दिमागी इलाज की थोड़ी सही नहीं हैगी स्थिर नहीं है जी बंदी इलाज इन्हों का शुरू कर दिता है तो इन्हों को असं हस्पताल अपने सिविल हस्पता बचाने चालू कर दिया दिस इज सेवन लाइन्स क्रो एंड यू वॉचिंग लाइट ऑफ नेशन आप देख रहे हैं लॉन्ड न्यूज़।